ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਜੀ ਐਮਾਜ਼ੋਨ ਤੋਂ ਔਡਰ ਕੀਤਾ ਸੀਗਾ ਹੋਂਡਾ ਪਾਇਲਟ ਦਾ ਸਕਰੀਨ ਪ੍ਰੋਟੈਕਟਰ। ਹੋਂਡਾ ਪਾਇਲਟ 2016 ਦੇ ਵਿੱਚ ਜਿਹੜੀ ਇਹ ਸਕਰੀਨ ਹੈ 16 ਤੋਂ ਹੁਣ ਤੱਕ ਆ, ਰਾਈਟ, ਉਹਨੂੰ ਲਗਾਉਣਾ। ਅਤੇ ਇਹ ਹੋਂਡਾ ਪਾਇਲਟ ਟੂਰਿੰਗ ਵੀ ਆ, ਅਤੇ ਹੋਂਡਾ ਪਾਇਲਟ ਜੋ ਦੂਜੀ ਆਉਂਦੇ ਨੋਰਮਲ ਆਉਂਦੇ ਤੋਂ ਥੱਲੇ ਦੇ ਮਾਡਲ ਆ, ਉਹ ਸਾਰਿਆਂ 'ਤੇ ਇਹ ਲੱਗੂਗਾ। ਮੈਂ ਹੀ ਪਹਿਲੀ ਵਾਰ ਇੰਸਟਾਲ ਕਰਨ ਲੱਗਾ ਹਾਂ, ਸੋ ਲੱਸੀ ਦੇਖਦੇ ਹਾਂ ਇਹ ਕਿੱਦਾਂ ਹੋਣਾ ਆ। ਪਹਿਲਾਂ ਤਾਂ ਕਹਿੰਦੇ ਸਕਰੀਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵੋ। ਮੈਂ ਨੋਰਮਲੀ ਆਪਣੇ ਗਲਾਸ ਕਲੀਨਰ ਨਾਲ ਸਾਫ਼ ਤਾਂ ਕਰ ਲਈ ਹੈ ਚੰਗੀ ਤਰ੍ਹਾਂ, ਅਤੇ ਇੱਕ ਆਹ ਚੀਜ਼ ਇਹਨਾਂ ਦੇ ਵਿੱਚ ਦਿੱਤੀ ਹੋਈ ਆ, ਇਹ ਵਿੱਚ ਹੀ ਆਈ ਆ ਉਹਦੇ, ਆਹ ਵੀ ਆਈ ਆ ਹੈਲਪ ਕਰਨ ਦੇ ਲਈ। ਇਹ ਆ ਜੀ, ਇਹਦੇ ਨਾਲ ਤੁਹਾਡੀ ਜਿਹੜੀ ਡਸਟ ਆ ਉੱਦਾਂ ਸਾਫ਼ ਕਰ ਲਓ ਚੰਗੀ ਤਰ੍ਹਾਂ, ਬਾਅਦ ਵਿੱਚ ਤੁਹਾਨੂੰ ਕਿਤੇ ਵੀ ਲੱਗਦਾ ਆ ਉਹਦੇ ਨਾਲ ਇਹ ਸਟਿੱਕੀ ਜਿਹੀ ਆ ਹੋ ਕੇ, ਮੈਨੂੰ ਲੱਗਦਾ ਇਹਦੀ ਇੰਨੀ ਲੋੜ ਤਾਂ ਹੈ ਨਹੀਂ ਗੀ, ਆ ਥੋੜ੍ਹਾ ਥੋੜ੍ਹਾ ਚੱਕਰੀ ਤਾਂ ਹੈਗੀ ਆ, ਪਰ ਮੈਂ ਉਹਨੂੰ ਸਕਰੀਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀਗਾ ਪਹਿਲਾਂ। ਪਰ ਇਨ ਕੇਸ ਜੇ ਤੁਹਾਨੂੰ ਲੱਗਦਾ ਡਸਟ ਜੀ ਹੈਗੀ ਆ ਹਲੇ ਵੀ, ਤਾਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ। ਥੋੜ੍ਹੀ ਜਿਹੀ ਲਈ ਆ, ਬਟ ਨੋਟ ਬੈਡ। ਚਲੋ, ਪਰ ਮੈਨੂੰ ਲੱਗਦਾ ਠੀਕ ਆ। ਓਕੇ, ਐਨੀਵੇ ਨਾਲ ਕੱਪੜਾ ਆ, ਜਿੰਨੀ ਵੀ ਕੋਸ਼ਿਸ਼ ਹੋ ਸਕੀ ਚੰਗੀ ਤਰ੍ਹਾਂ ਸਕਰੀਨ ਨੂੰ ਸਾਫ਼ ਕਰ ਲਿਓ, ਕਿਉਂਕਿ ਜਦੋਂ ਲੱਗ ਗਈ ਇੱਕ ਵਾਰ ਇਹ, ਫਿਰ ਉਹ ਵਿੱਚ ਡਸਟ ਜੀ ਦਿਸੀ ਜਾਊਗੀ, ਫਿਰ ਫਾਇਦਾ ਜਿਹਾ ਨਹੀਂ ਰਹਿਣਾ ਹੈਗਾ। ਆਹ ਮੇਰੇ ਹੈਗਾ ਥੋੜ੍ਹਾ ਜਿਹਾ ਕੱਟ ਜਿਹਾ ਲੱਗਾ ਆ, ਇਹ ਟਰਾਈ ਕਰਦੇ ਆ ਲਾਉਣ ਦੀ, ਨਹੀਂ ਉਹ ਕੱਟੇ ਹੀ ਆ। ਸੋ ਤੁਹਾਡੇ ਕੋਲ ਪਹਿਲੀ ਆਪਸ਼ਨ, ਤੁਸੀਂ ਆਪ ਸਾਫ਼ ਕਰ ਲਿਓ, ਅਤੇ ਉਸ ਤੋਂ ਬਾਅਦ ਆਪਣਾ ਪੇਪਰ ਨਾਲ, ਇਹਦੇ ਨਾਲ ਅਲਕੋਹਲ ਵੀ ਦਿੱਤੀ ਹੋਈ ਆ, ਪੇਪਰ ਦਿੱਤਾ ਆ ਜੇ ਤੁਸੀਂ ਯੂਜ਼ ਕਰਨਾ ਚਾਹੁੰਦੇ ਆ। ਓਕੇ, ਆਇਆ ਜੀ, ਅਤੇ ਆਹ ਲਾ ਲਿਆ ਜੀ ਇਹਦੇ ਉੱਤੇ, ਹੁਣ ਇਹਨੂੰ ਹੋਲਡ ਕੀਤਾ ਜਾ ਸਕਦਾ। ਇੱਥੇ ਲਾਉਣਾ ਹੋਣਾ ਉਹ ਵਾਲਾ ਇੱਥੇ। ਫੜ ਲਓ ਸਾਈਡ, ਉੱਪਰ ਨਾ ਜ਼ਿਆਦਾ ਹੋ ਜਾਏ। ਇੱਧਰ ਥੋੜ੍ਹਾ ਜਿਹਾ ਹੋਵੇ ਨਾ, ਠੀਕ ਲੱਗਦਾ ਨਾ, ਥੱਲੇ ਨੂੰ ਰੱਖੋ ਥੋੜ੍ਹਾ ਜਿਹਾ, ਠੀਕ ਹੈ, ਛੱਡ ਦਾ ਠੀਕ ਹੈ, ਇੱਧਰ ਐਨ ਬਰਾਬਰ ਬਰਾਬਰ ਆਉਂਦਾ। ਹਾਂ ਠੀਕ ਲੱਗਦਾ ਹੈ ਨਾ, ਸਾਰੇ ਪਾਸੇ ਤੁਸੀਂ ਦੇਖ ਸਕਦੇ ਆ ਕਿ ਬਰਾਬਰ ਬਰਾਬਰ ਜਿਹਾ ਹੋਵੇ, ਐਨ ਬਰਾਬਰ ਜਿਹਾ ਲੱਗਦਾ ਉੱਪਰੋਂ ਵੀ ਸਾਈਡਾਂ ਤੋਂ, ਨਹੀਂ ਠੀਕ ਆ, ਚੱਕੇ ਜਾਓ ਹੁਣ ਨੀਮਾ ਕਰਨਾ। ਇੱਧਰ ਫੜੀ, ਠੀਕ ਹੈ, ਇੱਧਰ ਠੀਕ ਹੈ, ਯਾ ਓਕੇ, ਯਾ ਹੁਣ ਠੀਕ ਹੈ ਨਾ।
ओके एनीवे जी ਤੁਸੀਂ ਆਪਣਾ ਇਦਾਂ ਕਰ ਲਓ ਤੇ ਉਸ ਤੋਂ ਬਾਅਦ ਆਪਣਾ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲਓ ਸਕਰੀਨ ਟਰਾਈ ਕਰੋ ਪਹਿਲਾਂ ਔਨ ਕਰ ਲਓ ਜੀ ਨਾਲ ਲੱਗਦੀ ਤੇ ਉਹ ਔਨ ਕੀਤੀ ਸੀਗੀ ਸਕਰੀਨ ਮੈਂ ਤਾਂ ਕਰਕੇ ਪਤਾ ਲੱਗਦਾ ਰਵੇ ਕਿੱਥੇ ਕਿੱਥੇ ਅੱਖਰ ਉਹਦੇ ਆਉਂਦੇ ਆ ਤੇ ਇਹਨੂੰ ਚੰਗੀ ਤਰ੍ਹਾਂ ਨਾਲੇ ਕੱਪੜੇ ਨਾਲ ਸਾਫ਼ ਹੋਈ ਜਾਂਦਾ ਨਾਲੇ ਹੁਣ ਇਹਨੂੰ ਪੱਟ ਲਓ ਟਰਾਈ ਕਰੋ ਜੀ ਤੁਸੀਂ ਜਦੋਂ ਵੀ ਗੱਡੀ ਲੈ ਕੇ ਆਉਂਦੇ ਆ ਤਾਂ ਇਹਨੂੰ ਲਾ ਲਵੋ ਨਹੀਂ ਤਾਂ ਫਿਰ ਉਹ ਦਾਗ ਜੇ ਪਈ ਜਾਂਦੇ ਆ ਅਤੇ ਹੱਥਾਂ ਦੇ ਫਿਰ ਕਈ ਵੇਲੇ ਕੋਈ ਜਿੱਦਾਂ ਹੁਣ ਮੇਰੇ ਸਕਰੈਚ ਜਿਹਾ ਪੈ ਗਿਆ ਉਹ ਅੰਦਰ ਆ ਅਤੇ ਹੁਣ ਉਹਦਾ ਕੋਈ ਹੱਲ ਨਹੀਂ ਹੈਗਾ ਲਓ ਜੀ ਲੱਗ ਗਿਆ ਅਤੇ ਐਮਾਜ਼ੋਨ ਤੋਂ ਮੰਗਵਾਇਆ ਸੀਗਾ ਵਧੀਆ ਰਿਹਾ ਕੋਈ ਬੈਡ ਐਕਸਪੀਰੀਅੰਸ ਨਹੀਂ ਰਿਹਾ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਦੇ ਲਈ ਜਿਉਂਦੇ ਵਸਦੇ ਰਹੋ ਬਾਏ ਬਾਏ